ये अपना स्पैशल मलाई टिक्का, लोग बहुत दूर दूर तो आते खान। स्पैशल सैलड दिता जाता अपने ना। अच्छा जी। ना लैमन क्या बात, बहुत सोहना लग रहा है। एंड ग्रीन ए पैक आउट हो रहा है ना जी, ए पैक आउट 1599 ਦਾ ਹੈਗਾ ਜੀ। 1599 ਦਾ ਹੈਗਾ ਜੀ। ਮਲਾਈ ਚਿਕਨ ਟਿੱਕਾ, ਮਲਾਈ ਚਿਕਨ ਟਿੱਕਾ ਮਸਟ ਟ੍ਰਾਈ। ਇਹ ਹੈ ਜੀ ਆਪਣਾ ਮਲਾਈ ਟਿੱਕਾ। ਅੱਛਾ ਮਲਾਈ ਟਿੱਕਾ ਬਣਾਇਆ। ਹਾਂ ਜੀ, ਇਹਦੀ ਅਲੱਗ ਤੋਂ ਮੈਰੀਨੇਸ਼ਨ ਹੁੰਦੀ ਹੈ, ਵਾਈਟ ਮੈਰੀਨੇਸ਼ਨ ਕਹਿੰਦੇ ਇਹਨੂੰ। ਅੱਛਾ ਜੀ, ਕੀ ਬਾਤ ਹੈ, ਪੂਰੀ ਸੇਖ ਹੈ। ਹਾਂ ਤੇ ਇਹ ਮਲਾਈ ਚਿਕਨ ਮਲਾਈ ਟਿੱਕਾ ਰਹੀ। ਚਿਕਨ ਮਲਾਈ ਟਿੱਕਾ ਇਹ ਚੋਂ ਮਲਾਈ ਵਗੈਰਾ ਪਾ ਕੇ ਰੈਡੀ ਕਰਾਂਗੇ। ਇਹ ਜਸਟ ਕੁੱਕ ਕੀਤਾ ਚਿਕਨ ਗ੍ਰੇਵੀ ਚ ਮੈਰੀਨੇਟ ਕਰਕੇ ਇਹਨੂੰ ਤੰਦੂਰੀ। ਮਲਾਈ ਚਿਕਨ ਬਣਾ ਰਹੇ ਆਪਾਂ ਇਹ। ਹਾਂਜੀ, ਮਲਾਈ ਚਿਕਨ ਪਾਇਆ ਆਪਾਂ। ਤੋ ਦੂਰ ਚੋਂ ਆ ਗਿਆ ਬਾਹਰ, ਦੂਰ ਚੋਂ ਆ ਗਿਆ ਬਾਹਰ। ਤੇ ਇੱਥੇ ਆਪਾਂ ਪਾਵਾਂਗੇ ਫਰੈਸ਼ ਬਟਰ। ਚਾਟ ਮਸਾਲਾ ਪਾਵਾਂਗੇ। ਮੈਨੂੰ ਮਲਾਈ ਪਨੀਰ ਟਿੱਕਾ, ਮਲਾਈ ਚਿਕਨ ਬਹੁਤ ਸਹੀ ਲੱਗਦਾ ਖਾਣ ਵਿੱਚ, ਮੇਰੇ ਫੇਵਰੇਟ। ਸਾਡਾ ਟਰਾਈ ਕਰ ਤੇਰੇ ਕੋ ਇੱਕ ਵਾਰੀ ਲੈਵਲ ਟਰਾਈ ਕਰਨਾ ਮੈਂ ਵਾਲਾ। ਤੇ ਐਂ ਗਰਮਾ ਗਰਮ ਤੰਦੂਰ ਤੋਂ ਆਏ ਨੇ ਪੀਸੇ। ਫਰੈਸ਼ ਕਰੀਮ ਪਾਵਾਂਗੇ। ਬਹੁਤ ਸੋਹਣਾ ਫਰੈਸ਼ ਕਰੀਮ ਪਾ ਰਹੇ, ਕੀ ਬਾਤ ਹੈ। ਓਏ ਹੋਏ, ਕਰੀਮ ਦਾ ਹੀ ਸਾਰਾ ਜਾਦੂ ਹੈ ਜੀ। ਅਤੇ ਮੈਰੀਨੇਸ਼ਨ ਦਾ ਬੇਸਿਕਲੀ ਧਨੀਆ ਪਾ ਕੇ ਹਿਲਾ ਦੇਣਾ, ਇਹਨੂੰ ਟੋਸਟ ਕਰਾਂਗੇ। ਵਧੀਆ ਜਿਹਾ ਟੋਸਟ ਕਰਤਾ ਆਪਾਂ। ਅਤੇ ਮੇਨ ਤਾਂ ਪ੍ਰੈਜੈਂਟੇਸ਼ਨ ਦੀ ਹੈ, ਹੈ ਨਾ ਜੀ। ਖੇਡ ਤੁਸੀਂ ਪ੍ਰੈਜੈਂਟ ਇਹਨੂੰ ਇੱਦਾਂ ਕਰਦੇ ਹੋ, ਪਲੇਟਿੰਗ ਬਹੁਤ ਸੋਹਣੀ ਹੋਏਗੀ। ਇਹ ਆਪਣਾ ਮਲਾਈ ਟਿੱਕਾ, ਮਲਾਈ ਚਿਕਨ ਟਿੱਕਾ ਰੈਡੀ ਹੈ। ਮਲਾਈ ਪਨੀਰ ਚਿਕਨ ਟਿੱਕਾ ਹੈ। ਆਪਣਾ ਟੇਕ ਆਊਟ ਔਡਰ ਸੀਗਾ ਅਤੇ ਹੁਣ ਆਪਾਂ ਟੇਕ ਆਊਟ ਕਰਾਂਗੇ। ਇਹ ਆਪਣਾ ਸਪੈਸ਼ਲ ਮਲਾਈ ਟਿੱਕਾ, ਲੋਕ ਬਹੁਤ ਦੂਰ ਦੂਰ ਤੋਂ ਆਉਂਦੇ ਖਾਣ। ਅਤੇ ਇਹ ਸਪੈਸ਼ਲੀ ਸਾਡੀ ਮੈਰੀਨੇਸ਼ਨ ਆਪਾਂ ਆਪ ਰੈਡੀ ਕਰਕੇ ਅਤੇ ਮਲਾਈ ਦੇ ਵਿੱਚ ਟੋਸਟ ਕਰਕੇ ਅਤੇ ਸਭ ਬਣਦਾ। ਇਹ ਟੇਕ ਆਊਟ ਔਡਰ ਹੈ ਅਤੇ ਟੇਕ ਆਊਟ ਔਡਰ ਆਪਾਂ ਇਸ ਤਰ੍ਹਾਂ ਫਰੈਸ਼ ਬਣਦਾ ਰਹੇ, ਫਰੈਸ਼ ਬਣਦਾ। ਠੀਕ ਹੈ, ਇਹ ਟੇਕ ਆਊਟ ਦਾ ਔਡਰ ਹੈ। ਹਾਂਜੀ, ਸੋ ਇਹ ਪੈਕ ਹੋ ਰਿਹਾ। ਪੈਕ ਹੋ ਰਿਹਾ, ਲੇਕਿਨ ਜੇ ਡਾਈਨ ਇਨ ਕਰੋਗੇ ਤਾਂ ਪਲੇਟਿੰਗ ਬਹੁਤ ਸੋਹਣੀ ਕਰਕੇ ਦੇਵਾਂਗੇ। ਹਾਂਜੀ, ਉਹ ਸੀਜ਼ਲਰ ਤੇ ਦਿੰਦੇ ਆਪਾਂ। ਅੱਛਾ, ਸੀਜ਼ਲਰ ਤੇ ਪਲੇਟਿੰਗ। ਹਾਂਜੀ, ਵਾਓ, ਕੀ ਬਾਤ ਹੈ, ਬਹੁਤ ਸੋਹਣੇ ਸੋਹਣੇ ਵੱਡੇ ਵੱਡੇ ਪੀਸਿਸ ਨੇ। ਸੋ ਪ੍ਰਾਈਸ ਵੀ ਦੱਸ ਦਿਓ ਇਹਦਾ ਨਾਲ ਨਾਲ। ਇਹ ਆਪਣਾ 1599, 1599, ਕੀ ਬਾਤ, ਮੇਰੀ ਫੇਵਰੇਟ। ਸਪੈਸ਼ਲ ਸੈਲਡ ਦਿੱਤਾ ਜਾਂਦਾ ਆਪਣੇ ਨਾਲ। ਅੱਛਾ ਜੀ, ਨਾਲ ਲੈਮਨ, ਕੀ ਬਾਤ, ਬਹੁਤ ਸੋਹਣਾ ਲੱਗ ਰਿਹਾ। ਐਂਡ ਗ੍ਰੀਨ ਇਹ ਪੈਕ ਆਊਟ ਹੋ ਰਿਹਾ ਹੈ ਨਾ ਜੀ, ਇਹ ਪੈਕ। 1599 ਦਾ ਹੈਗਾ ਜੀ, 1599 ਦਾ ਹੈਗਾ ਜੀ। ਮਲਾਈ ਚਿਕਨ ਟਿੱਕਾ, ਮਲਾਈ ਚਿਕਨ ਟਿੱਕਾ ਮਸਟ ਟ੍ਰਾਈ।